ਦੇਸ਼ ਵਿੱਚ ਮਹਿੰਗਾਈ ਦਰ ਵਿੱਚ ਕਮੀ ਆਈ ਏ। ਅਪ੍ਰੈਲ ਮਹੀਨੇ ਵਿੱਚ ਇਹ ਦਰ 4.7% ਤੇ ਆ ਗਈ। ਮਾਰਚ ਮਹੀਨੇ ਵਿੱਚ ਇਹ ਮਹਿੰਗਾਈ ਦਰ 5.66% ਸੀ। ਇਸ ਤਰ੍ਹਾਂ ਇਸ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਏ। ਨਵੰਬਰ 2021 ਤੋਂ ਬਾਅਦ ਇਹ ਮਹਿੰਗਾਈ ਦਰ ਸਭ ਤੋਂ ਘੱਟ ਰਹੀ ਏ। ਇਸੇ ਸਾਲ ਫਰਵਰੀ ਵਿੱਚ ਇਹ ਮਹਿੰਗਾਈ ਦਰ 6.44% ਰਹੀ ਸੀ। ਦੇਸ਼ ਵਿੱਚ ਵਿਦੇਸ਼ੀ ਮੁਦਰਾ ਭੰਡਾਰ 7.2 ਅਰਬ ਡਾਲਰ ਵੱਧ ਕੇ 595.98 अरब डालर तक पुज गया है।